ਚੈਨਲ ਜੀ ਨਹੀਂ ਦੇ ਰਹੀ ਤੇ ਇਸ ਲਈ ਨਾ ਮੈਂ ਸੋਚਿਆ ਕਿ ਚਲੋ ਜਾ ਕੇ ਨਾ ਚਾਹ ਪੀਨੇ شیخ ਸਾਹਿਬ ਚਾਹ ਤੇ ਮੈਂ ਤੁਹਾਨੂੰ ਪੁੱਛ ਰਿਆ ਤੁਸੀਂ ਕਿਹੜੇ ਪੈਸੇ ਦੇਣੇ ਹੁੰਦੇ ਨੇ ਯਾਰ ਤੂੰ ਛੱਡ ਤੂੰ ਪੈਸੇ ਮੰਗੇਗਾ ਮੈਂ ਇਸ ਮੁਲਕ ਦਾ 14ਵਾਂ ਵਜ਼ੀਰ ਰਿਆਂ ਮੂੰ شیخ ਸਾਹਿਬ ਉਹ ਤੇ ਗੱਲ ਠੀਕ ਹੈ ਪਰ ਅੱਜ ਗੱਲ ਨਾ ਤੁਹਾਨੂੰ ਪਤਾ ਹੈ ਹਾਲਾਤ ਤੁਹਾਡੇ ਵੀ ਠੀਕ ਕੋਈ ਨਹੀਂ ਤੇ ਹਾਲਾਤ ਅੱਜ ਕੱਲ ਸਾਡੇ ਵੀ ਠੀਕ ਹੋਏ ਨਹੀਂ ਪੀਡੀਐਮ ਨੇ ਨਾ ਨਾ ਤੁਹਾਡੇ ਪੱਲੇ ਕਾ ਕੇ ਛੱਡਿਆ ਤੇ ਨਾ ਆਮ ਦੇ ਪੱਲੇ ਕਾ ਕੇ ਛੱਡਿਆ ਆਹੋ ਆਹੋ ਬਿਲਕੁਲ ਇਹ ਦੀ ਗੱਲ ਤੁਹਾਡੀ ਠੀਕ ਹੈ ਤੇ ਇਸ ਲਈ ਨਾ ਮੈਂ ਕਿ ਚਲੋ ਹੁਣ ਕੋ ਥੋੜਾ ਵੇਲ ਮਿਲਿਆ ਤੇ ਮੈਂ ਚਾਹ ਪੀ ਆਵਾਂ ਕਿਉਂ ਗੁਣ ਹਕੂਮਤ ਦੇ ਜਿਹਦੇ ਅਸੀਂ ਹੈ ਕੋਈ ਨਹੀਂ ਤੇ ਅੱਗੋਂ ਪਤਾ ਨਹੀਂ ਆਣਾ ਵੀ ਹੈ ਕਿ ਨਹੀਂ ਆਉਣਾ ਹੈ ਤੇ ਚਲੋ ਮੈਂ ਵੀ ਅੱਜ ਕੱਲ ਬੜਾ ਗਰੀਬ ਹੋਇਆ ਮੈਂ ਚਾਹ ਤੇ ਪੁਲਾਵਾਂ ਚਲੋ ਠੀਕ ਹੈ ਸ਼ੇਖ ਸਾਹਿਬ ਫਿਰ ਵੀ ਤੁਸੀਂ ਚੰਗੇ ਬੰਦੇ ਹੋ ਤੇ ਹਕੂਮਤ ਚ ਕਹਨ ਜੇ ਤੁਸੀਂ ਆਗੇ ਸਾਡਾ ਕੋਈ ਫਾਇਦਾ ਹੋ ਜਾਈਗਾ ਤੁਹਾਨੂੰ ਮੈਂ ਚਾਹ ਪਿਲਾ ਦੇਣਾ ਵਾ ਹੈ ਓਏ ਛੋਟੇ ਜਿਹੇ ਮੁਰੇ ਚਾਹ ਬਣਾ ਦੇਰਾ ਖੜਕ ਜਾਈ ਹੈ ਪਤੀ ਤੇਲ ਤੇ ਜੀ ਨਹੀਂ ਘੱਟ ਹੈ ਦੁੱਧ ਪਤੀ ਬਣਾਓ ਸ਼ੇਖ ਰਸ਼ੀਦ ਸਾਹਿਬ ਵਾਸਤੇ ਸ਼ੇਖ ਸਾਹਿਬ ਬੈਠੋ ਬੈਠੋ